ਅੱਜ ਤੇਰੇ ਸਾਹਮਣੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਤੁਸੀਂ ਸਾਰੇ ਜਣੇ ਠੀਕ ਹੋਗੇ। ਅੱਜ ਬਿਨਾਂ ਸਕ੍ਰਿਪਟ ਤੋਂ ਠੋਕਾਂਗੇ ਇੱਕ ਸਮਾਜ ਸੇਵੀ ਨੂੰ, ਜੋ ਹੋ ਕੇ ਆਇਆ ਚੋੜਾ ਤੇ ਦਵਾਂਗੇ ਬ੍ਰਸ਼ ਉਡਾਲੇ ਅੱਜ ਖੱਟਾ ਮਿੱਠਾ ਤੇ ਕੌੜਾ ਲੋੜਾ। ਇਹ ਵੀਡੀਓ ਦੇ ਨਾਲ ਨਾਲ ਸਰੀਟਰੀਅਲ ਦੀ ਵੀਡੀਓ ਪਹਿਲਾਂ ਆ ਜਾਏ ਜਾਂ ਬਾਅਦ ਚ ਜਾਏ, ਉਹਨੂੰ ਪਤਾ ਤੇ ਹੋ ਸਕਦਾ ਕਿ ਕਈ ਕੀ ਗੱਲਾਂ ਤੇ ਆਪਾਂ ਸੇਮ ਜੋਕ ਮਾਰੇ ਹੋਣ, ਸੇਮ ਗੱਲਾਂ ਤੇ ਰੋਸਟ ਕੀਤਾ ਹੋਵੇ, ਕਿਉਂਕਿ ਮੈਂ ਉਹਦੀ ਵੀਡੀਓ ਦੇਖਣੀ ਰਿਹਾ ਹੋਊਂਗਾ। ਜਦੋਂ ਦੀ ਵੀਡੀਓ ਆਊਗੀ ਮੈਂ ਐਡਿਟ ਕਰ ਰਿਹਾ ਹੋਊਂਗਾ ਤੇ ਵੈਸੇ ਵੀ ਇਹਨੂੰ ਰਿਪਲਾਈ ਦੇਣਾ ਜਲਦੀ ਜਲਦੀ ਜ਼ਰੂਰੀ ਸੀ ਤਾਂ ਕਰਕੇ ਹੋ ਸਕਦਾ ਇਹਦੇ 'ਚ ਥੋੜਾ ਮਿਰਚ ਮਸਾਲਾ ਘੱਟ ਹੋਵੇ। ਇਹਦੇ ਘਰ ਬੱਚਾ ਹੋਇਆ ਹਾਂਜੀ ਤੇ ਉਹਨੂੰ ਹਣੀ ਸੇਠੀ ਭਾਜੀ ਦੇਣਗੇ ਕੁੜਤੀ। ਪਹਿਲੀ ਗੱਲ ਤਾਂ ਮੇਰੇ ਵੀਰੇ ਅੰਦਰ ਦੁਕਾਨ 'ਚ ਜਾ ਕੇ ਭਰਾ ਲਾ ਜਾਂ ਵੀਡੀਓ ਕਾਲੀ ਆਈ ਸੀ। ਤੂੰ ਜਿਨ੍ਹਾਂ ਵਲੌਗਰਾਂ ਨੂੰ ਮਾੜਾ ਕਹਿਣਾ ਉਹਨਾਂ ਦੇ ਤੂੰ ਪ੍ਰੈਂਕ ਰੋਸਟ ਕਰ ਕਰਕੇ ਸਾਲੇ ਆਪਣੀ ਦਿਹਾੜੀ ਕਮਾਉਣਾ। ਨਾਲੇ ਬੋਲਣਾ ਸਿੱਖ ਲੈ, ਜਾਂ ਤਾਂ ਪ੍ਰੈਂਕ ਵਾਲਾ ਜਾਂ ਰੋਸਟ। ਨਹੀਂ ਸਮਝਾਉਂਦੀ ਤਾਂ ਬਸ 'ਚ ਜਾਈ, ਉੱਥੇ ਮਿਲਦਾ ਹੁੰਦਾ ਕਾਇਦਾ ਜਿਹੜਾ ਇੰਗਲਿਸ਼ ਤੇ ਪੰਜਾਬੀ ਕਰਨ ਵਾਲਾ, ਉਹ ਲੈ ਕੇ ਪੜ੍ਹੀ। ਪਰ ਭਾਜੀ ਨੇ ਪੜ੍ਹਨਾ ਕਿੱਥੋਂ ਆ? 9 'ਚ ਕਲਾਸ ਛੱਡ ਕੇ, ਔਰ ਮੈਂ ਕਾਨਵੈਂਟ 'ਚ ਪੜ੍ਹਦਾ ਹੀ ਪੂਰੇ ਟੌਪ ਦੇ ਸਕੂਲ, ਟਿਊਸ਼ਨ ਮਿਸ ਕਰਕੇ ਪੀ ਲਈ ਸੀਗੀ। ਸਕੂਲ ਛੱਡ ਕੇ ਬੀਅਰ ਪੀਣ ਚਲੇ ਗਏ ਟਿਊਸ਼ਨ ਅਕੈਡਮੀ ਤੇ। ਉਹ ਜਦੋਂ ਲੋਕਾਂ ਦੇ ਇਮੋਸ਼ਨ ਵਿੱਚ ਕੀ ਕੰਮ ਚੱਲਦਾ, ਫਿਰ ਪੜ੍ਹਨ ਦਾ ਕੀ ਫਾਇਦਾ? ਤੇ ਕਹਿਣਾ ਭਾਜੀ ਨੇ ਆਪਣੇ ਆਪ ਨੂੰ ਐਂਟਰਪ੍ਰੀਨਿਓਰ, ਐਂਟਰਪ੍ਰੀਨਿਓਰ 'ਚ ਆਉਣੇ ਆ। ਇੰਟਰਪ੍ਰੀਨਿਓਰ ਤਾਂ ਤੁਸੀਂ ਮਤਲਬ ਸਮਝਦੇ ਹੀ ਹੋ। ਉਹ ਜਾ ਤੇਰੀ ਭੈਣ ਨੂੰ ਕੁੱਤੇ ਜਾਂ ਜਾ ਕੋਰ ਜਾ ਕੁਆਰੀ ਜਾਂਦੇ ਆ। ਤੂੰ ਜਿਨ੍ਹਾਂ ਵਲੌਗਰਾਂ ਨੂੰ ਮਾੜਾ ਕਹਿਣਾ ਉਹਨਾਂ ਦੇ ਤੂੰ ਪ੍ਰੈਂਕ ਰੋਸਟ ਕਰ ਕਰਕੇ ਸਾਲੇ ਆਪਣੀ ਦਿਹਾੜੀ ਕਮਾਉਣਾ, ਫਿਰ ਤੂੰ ਉਹਨਾਂ ਨੂੰ ਮਾੜਾ ਕਹਿਣਾ। ਬੜਾ ਦੁੱਖ ਲੱਗਦਾ ਕਿ ਕੀਰਤ ਭਾਬੀ ਦੀ ਸੁੱਕੀ ਟੂਈ ਦੇਖ ਕੇ ਤੂੰ ਤਾਂ ਨਹੀਂ ਗੰਦੀ ਕੁੱਟਦਾ। ਇੱਥੇ ਇਹਨੂੰ ਵਲੌਗਰਾਂ ਦਾ ਦੁੱਖ ਹੈ। ਟੱਪੇ ਵਿੱਚ ਜਦੋਂ ਕੁੱਲੜਾ ਲਈ ਲੀਕ ਹੋਈ ਸੀ ਉਦੋਂ ਕੀ ਕਹਿੰਦਾ ਸੀ? ਜਿਵੇਂ ਕਿ ਪੰਜਾਬ 'ਚ ਅਲੱਗ ਅਲੱਗ ਵਲੌਗਰ ਨੇ, ਇੱਕ ਕਪਲ ਹੈਗਾ ਉਹ ਆਪਣਾ ਜਲੰਧਰ ਤੋਂ ਕੁੱਲੜ ਪੀਜੇ ਵਾਲੇ, ਮੈਂ ਪਹਿਲਾਂ ਹੀ ਕਹਿੰਦਾ ਮੈਨੂੰ ਬਾਲੇ ਚੰਗੇ ਨਹੀਂ ਲੱਗਦੇ ਉਹ। ਨਹੀਂ ਕੀ ਗੱਲ, ਭਾਬੀ ਪਸੰਦ ਨਹੀਂ? ਆਹੋ ਵਿਚਾਰੀ ਦੀ ਕਾਲੀ ਆ ਨਾ, ਵੀਰ ਨੂੰ ਪਸੰਦ ਨੇ ਵਾਈਟ ਬਲੌਂਡੇ, ਤੇ ਇੱਥੇ ਵੀ ਦੇਖ ਲਓ ਭਰਾਵਾ, ਇੰਨੀ ਕਾਲੀ ਕਰਨ ਦੀ ਕੀ ਲੋੜ ਸੀ, ਰੋਟੀ ਖਾ ਲੈਂਦਾ। ਪਰਸੋਂ ਕੱਲ ਸ਼ਾਮ ਨੂੰ ਉਹਨਾਂ ਦੀ ਇੱਕ ਪ੍ਰਾਈਵੇਟ ਵੀਡੀਓ ਲੀਕ ਹੋਈ ਹੈ। ਪਰ ਕੀ ਕਰੀਏ, ਵੀਡੀਓ ਪਾਉਣੀ ਜ਼ਰੂਰੀ ਵੀ ਸੀ, ਕਿਉਂਕਿ ਜੇ ਭਾਜੀ ਨੇ ਵੀਡੀਓ ਪਾਉਂਦੇ ਤਾਂ ਕੀ ਪਤਾ ਕੁੱਲੜ ਵਾਲਿਆਂ ਦੀ ਵੀਡੀਓ ਬਿਲਬੋਰਡ ਤੇ ਚੱਲ ਜਾਂਦੀ। ਗੱਲ ਸੁਣੋ ਭੈਣ ਦੇ ਆਈ ਯਾਰ, ਇਟਲੀ ਵਾਲਿਆ ਬਥੇਰਾ ਤੈਨੂੰ ਬਰਦਾਸ਼ਤ ਕਰ ਲਿਆ। ਬੜਾ ਬਰਦਾਸ਼ਤ ਕਰ ਲਿਆ, ਕੀ ਗੱਲ ਤੇਰੇ ਚੱਪਾ ਦੇ ਕੇ ਭੱਜਦਾ? 6 ਮਹੀਨੇ ਪਹਿਲਾਂ ਆਪਣੇ ਫੁੱਫੜਾ ਨਾਲ ਤੂੰ ਹੀ ਰੀਚ ਕਰਦਾ ਫਿਰਦਾ ਸੀ, ਸਾਲਾ ਭੈਣ ਚੋ ਗੱਲ ਮੇਰੇ ਨਾਲ ਕਰਨੀ ਤੇ ਈਮੇਲ ਚੱਕ ਕੇ ਇਟਲੀ ਵਾਲੇ ਨੂੰ ਕਰਤੀ। ਇਹ ਕੈਨ ਡੂ ਜਨਰੇਸ਼ਨ ਅਨਪੜਤਾ ਦੇ ਹੱਥ ਸੋਚ ਸਕਦੇ ਹੋ, ਉਹਦੇ ਚੈਨਲ ਚੋਂ ਸਪੈਸ਼ਲ ਦੀ ਈਮੇਲ ਕੱਢ ਕੇ ਤੇ ਉਹਨੂੰ ਮੇਲ ਕਰ ਰਿਹਾ ਕਿ ਭਾਜੀ ਤੁਸੀਂ ਫਰੈਸ਼ ਹੀ ਬੋਲ ਰਹੇ ਹੋ, ਉਹ ਭਰਾਵਾ ਤੇ ਕੋਈ ਹੈਲਪ ਮੰਗਣਾ ਚਲ ਜਿਓ, ਹੋਰ ਤੁਸੀਂ ਲੱਤ ਦਾ ਪ੍ਰੈਸ਼ਰ ਲੈ ਕੇ ਚਲੋ ਸਾਲ ਨਸਬੰਦੀ ਕਰਾ ਦੇ। ਰੀਚ ਕਰਨ ਦੀ ਕੋਸ਼ਿਸ਼ ਤੂੰ ਸਾਨੂੰ ਕੀਤੀ ਸੀ, ਹੁਣ ਆ ਕਿ ਭਾਜੀ ਨਾਲ ਪੋਡਕਾਸਟ ਕਰਦੇ ਆ, ਉਹ ਤਾਂ ਵੱਖਰੀ ਗੱਲ, ਸਾਨੂੰ ਤੇਰੀ ਸ਼ਕਲ ਤੋਂ ਪਤਾ ਲੱਗਦਾ ਤੂੰ ਦਗੜ ਦੱਲਾ, ਤਾਂ ਉਹਨੂੰ ਰਿਪਲਾਈ ਨਹੀਂ ਕੀਤਾ। ਇਹ ਵਰਡ ਮੈਂ ਇੱਥੇ ਤਾਂ ਬੋਲਿਆ ਕਿਉਂਕਿ ਭਾਜੀ ਵੀ ਬੋਲਦੇ ਨੇ। ਤੈਨੂੰ ਦੱਲਿਆ ਸਾਰੀ ਜ਼ਿੰਦਗੀ, ਜਦ ਤੱਕ ਤੇਰੇ ਸਾਹ ਨੇ, ਜਦ ਤੱਕ ਮੇਰੇ ਸਾਹ ਨੇ, ਉਦੋਂ ਤੱਕ ਦਾ ਚੈਲੰਜ ਆ। ਡੱਲੇ ਨੂੰ ਕਿਹੜਾ, ਤੇਰੇ ਘਰ ਦੇ ਬਾਹਰੋਂ ਨੇ 150-150 ਦਾ ਹੋਕਾ ਲਾਤਾ ਤੇ ਜਦ ਤੇਰੀ ਦੁਕਾਨ ਤੇ ਆ ਕੇ ਕਹਿੰਦਾ ਬੈਠੋ ਬੈਠੋ ਲਿਆ ਡੱਲਾ, ਉਦੋਂ ਤੱਕ ਦਾ ਚੈਲੰਜ ਆ। ਉਹ ਜਪਾਨੀ ਸਿੰਚਣ, ਮੇਰੀ ਗੱਲ ਸੁਣੋ, ਜਦੋਂ ਤੇਰੀ ਸਪੋਰਟ ਕੀਤੀ ਸੀ ਸਾਲਿਆ, ਉਦੋਂ ਤਾਂ ਕੋਈ ਵੀਡੀਓ ਨਹੀਂ ਆਈ, ਉਦੋਂ ਤਾਂ ਸਾਨੂੰ ਕੋਈ ਮੈਸੇਜ ਨਹੀਂ ਆਇਆ। ਤਾਂ ਦੇਖੋ ਭਾਜੀ, ਇੱਕ ਤਾਂ ਪਾਸੇ ਉਹ ਬਦਬੀ ਨੂੰ ਬੰਦਾ ਰੋਕਣ ਗਿਆ ਤੇ ਦੂਜੇ ਪਾਸੇ ਉਸੇ ਬੰਦੇ ਤੇ ਪਰਚਾ ਹੋ ਰਿਹਾ ਉਲਟਾ। ਤੂੰ ਹਣੀ ਸੇਠੀ ਦੀ ਨਾ ਮੁੱਛਾਂ ਇੱਥੋਂ ਨਹੀਂ ਹੈ, ਬੜੇ ਬੰਦੇ ਨਾਲ ਨੂੰ ਪਾਪਾ ਛਾਪਾ ਪਤਾ ਨਹੀਂ ਕੀ ਕਹਿੰਦੇ ਰਹਿੰਦੇ ਨੇ, ਪ੍ਰੋਬਲਮ ਕੀ ਹੈ? ਇਸੇ ਕਰਕੇ ਬੰਦੇ ਸਾਡੇ ਨਾਲ ਸਿੱਖੀ ਤੋਂ ਦੂਰ ਹੁੰਦੇ ਨੇ। ਮੈਂ ਕਹਿੰਦਾ ਭਾਈ, ਇੱਕ ਲੋਕਾਂ ਨੇ ਥੱਲੇ ਕਮੈਂਟ ਕੀਤਾ ਹਨੀ ਸਿੱਠੀ ਦੀ, ਹੁਣੇ ਮੈਂ ਜਿਹੜੀ ਪਰਚੇ ਵਾਲੀ ਰੀਲ ਦੱਸਣ ਡਿਆ, ਮੈਂ ਸਕਰੀਨਸ਼ਾਟ ਨਾਲ ਚਲਾ ਦਿਓ। ਕਹਿੰਦੇ ਉਹ ਤੂੰ ਆਪਣੇ ਭਾਰ ਦਾ ਖਿਆਲ ਕਰ ਤੇ ਤੈਨੂੰ ਪੰਜਾਬ ਦੇ ਖਿਆਲ ਰੱਖਣ ਦੀ ਕੋਈ ਲੋੜ ਨਹੀਂ ਹੈਗੀ। ਉਦੋਂ ਨਹੀਂ ਦੇਖਦਾ ਸੀ ਜਦੋਂ ਲੋਕੀ ਤੈਨੂੰ ਗਲਤ ਕਮੈਂਟ 'ਚ ਕਹਿੰਦੇ ਸੀ ਸਾਲਿਆ, ਅਸੀਂ ਜਿੰਨਾ ਤੈਨੂੰ ਸਪੋਰਟ ਕੀਤੀ, ਉਦੋਂ ਨਹੀਂ ਕੋਈ ਇੰਟਰਵਿਊ ਆਈ। ਪਰ ਹੁਣ ਭਾਜੀ ਨੂੰ ਕੰਟਰੋਵਰਸੀ ਵੀ ਚਾਹੀਦੀ ਸੀ। ਕੀ ਗੱਲ, ਪਹਿਲੀ ਕੰਟਰੋਵਰਸੀ ਭੁੱਲ ਗਿਆ ਜਦੋਂ ਅਨਮੋਲ ਕਾਤਰ ਕੋ ਗਿਆ ਸੀ ਸਾਲਿਆ, ਉਦੋਂ ਤਾਂ ਮੂੰਹ ਤੇ ਝੱਗ ਵਾਂਗੂ ਬਹਿ ਗਿਆ। ਅਨਮੋਲ ਕਹਿੰਦਾ ਆ ਜਾ ਵੀ ਮੇਰੇ ਨਾਲ ਗੱਲ ਹੋ ਰਹੀ ਸੀਗੀ ਇਦਾਂ ਦੀ, ਠੀਕ ਹੈ। ਅਨਮੋਲ ਕਹਿੰਦਾ ਬਈ, ਮੈਂ ਕਿਹਾ ਤੂੰ ਫਿਰ ਖਤਮ ਹੀ ਕਰ ਦੇ, ਮੇਰੇ ਤਾਂ ਦੋ ਮੁੱਦੇ ਸੀ, ਮੈਂ ਤੈਨੂੰ ਦੋਨੇ, ਇੱਕ ਤੂੰ ਮੈਨੂੰ ਆ ਕੇ ਕਲੀਅਰ ਕਰ ਗਿਆ, ਠੀਕ ਹੈ, ਇੱਕ ਲਾਈਵ ਵਾਲਾ ਮੈਂ ਅੱਜ ਆ ਗਿਆ। ਤੁਮ ਦੋਨੋ ਕੀ ਮਾ ਗਏ ਸ਼ੋ? ਨਾਲੇ ਇਟਲੀ ਵਾਲੀ ਦੀ ਵੀਡੀਓ 2 ਮਹੀਨੇ ਪੁਰਾਣੀ ਆ, ਕੀ ਗੱਲ, ਉਦੋਂ ਤਾਂ ਇਹਨੂੰ ਦੇਣ ਡਿਆ ਸੀ, ਮੂੰਹ 'ਚ ਲੋਲ ਪਵਾਇਆ ਸੀ, ਸਿਰ 'ਚ ਫੱਟਾ ਵੱਜਾ ਸੀ, ਜਾ ਭੈਣ ਕਹਿੰਦਾ ਤੂੰ ਗਜਨੀ ਆ, ਉਦੋਂ ਨਹੀਂ ਬੋਲਿਆ। ਪਰ ਅੱਜ ਕਿਉਂ ਬੋਲਿਆ ਉਹਦੇ ਬਾਰੇ ਤੁਹਾਨੂੰ ਮਿੰਟ ਤੇ ਦੱਸਦਾ। ਤਾਂ ਇਹ ਗੱਲ ਕਹਿ ਕੇ ਦਿਖਾ ਦੀ, ਮੈਂ ਜਾਣਾ ਮੇਰਾ ਕੰਮ ਜਾਣੇ, ਮੈਨੂੰ ਪਤਾ ਥੋੜੀ ਕਿੰਨੀ ਕੋਕਾਤ ਆ ਸਾਲਿਓ। ਉਹ ਹੈ ਲੋ ਕਾਤ ਕੁਦ ਦੀ ਗੱਲ ਤੂੰ ਤਾਂ ਕਰ ਹੀ ਨਾ ਸਾਲਿਆ, ਸਾਰੇ ਜਾਲੀ ਬ੍ਰਾਂਡ ਤੂੰ ਵੇਚਦਾ, ਜਿੰਨੇ ਨਕਲੀ ਸ਼ੂ ਹੁੰਦੇ ਨੇ ਭੈਣ ਚੋ ਉਹਨੂੰ ਕਹੂੰਗਾ ਆ ਦੇਖੋ ਜੀ ਨਵਾਂ ਆਰਟੀਕਲ, ਆ ਦੇਖੋ ਜੀ ਨਵਾਂ ਆਰਟੀਕਲ, ਆ ਦੇਖੋ ਜੀ ਆਪਾਂ ਠੋਕ ਚ ਮਾਰ ਲਿਆਂਦਾ। ਕੀ ਗੱਲ, ਭੈਣ ਚੋ ਦਾ ਦੂਜੇ ਜਿਹੜੇ ਐਡੀਡਾਸ ਵਾਲੇ ਨੇ, ਪੂਮਾ ਵਾਲੇ ਨੇ, ਜਿਹੜੇ ਬ੍ਰਾਂਡ ਜਿੰਨੇ ਵੀ ਹੈਗੇ ਨੇ, ਉਹ ਫੁੱਦੂ ਬੈਠੇ ਆ। ਉਹਨਾਂ ਨੇ ਆਪਣੀ ਕੰਪਨੀ ਖੜੀ ਕੀਤੀ, ਇੰਨਾ ਵੱਡਾ ਨਾਂ ਬਣਾਇਆ ਤੇ ਤੂੰ ਸਾਲਾ ਫਸਟ ਕਾਪੀ ਕਹਿ ਕੇ ਗਿਆ ਵਿੱਚ ਜਾਣਾ। ਚੱਲ ਮੈਨੂੰ ਪਤਾ ਯਾਰ, ਇੰਡੀਆ 'ਚ ਬਹੁਤ ਲੋਕ ਵੇਚਦੇ ਨੇ, ਇੰਡੀਆ 'ਚ ਬਹੁਤ ਬਿਜ਼ਨਸ ਹੈ ਯਾਰ, ਇੰਡੀਆ 'ਚ ਮੁੰਡੇ ਜਿੰਨੇ ਵੀ ਨੇ, ਮੈਨੂੰ ਲੱਗਦਾ ਕਿ ਬਹੁਤ ਕਰਨ ਵਾਲੇ ਵੇਚਦੇ ਨੇ ਯਾਰ। ਚੱਲ ਪ੍ਰੋਬਲਮ ਵੀ ਇਹ 'ਚ ਹੈ ਨਹੀਂ, ਪਰ ਇਹ ਸਾਲਾ ਦੂਜੇ ਦੁਕਾਨਦਾਰਾਂ ਨੂੰ ਬੋਲਦਾ। ਪਹਿਲਾਂ ਤਾਂ ਮੇਰੇ ਬੂਟ ਚੈੱਕ ਕਰਾ, ਜੈਰੀ ਕਲਰ ਆ ਪੂਰਾ, ਕਹਿੰਦੇ ਅੱਖਾਂ 'ਚ ਪੈਂਦਾ। ਆ ਵੈਣ ਕੀ ਛੂਤ,
ਬਹੁਤ ਜ਼ਿਆਦਾ ਨਾਲੇ ਆਹ ਕਾਤ ਕੂਦ ਦੀ ਗੱਲ ਆ ਘਰ ਭੈਣ ਚੋਂ ਲੋਕਾਂ ਦੇ ਇਮੋਸ਼ਨ ਵੇਚ ਕੇ ਲੋਕਾਂ ਦੀ ਗਰੀਬੀ ਵੇਚ ਕੇ ਅਸੀਂ ਪੈਸੇ ਨਹੀਂ ਕਮਾਉਂਦੇ ਗੁੜਤੀ ਬੰਦਾ ਕਿਹਦੀ ਦਿਵਾਉਣਾ ਹੁੰਦਾ ਗੁੜਤੀ ਬੰਦਾ ਉਹਦੀ ਦਿਵਾਉਣਾ ਹੁੰਦਾ ਜਿਹਨੂੰ ਉਹ ਵਧੀਆ ਸਮਝਦਾ ਸਾਡੀ ਲਾਈਫ ਕਿਵੇਂ ਦੀ ਸੀ ਅਸੀਂ ਆਹ ਦੁਕਾਨ ਨਸ਼ੇ ਕਰ ਕਰਕੇ ਖਤਮ ਕਰਤੀ ਸੀ ਤੇ ਫਿਰ ਕੀ ਕਰੀਏ ਭੈਣ ਚੋਂ ਪਰਮ ਚੱਕਰ ਦਵਾਈਏ ਜੇ ਕੁੰਡੇ ਵਾਲੇ ਕੱਪੜੇ ਚੱਲ ਜੂੰਗਾ ਸਾਲਾ ਇਹ ਹੋਇਆ ਚੱਲ ਇਹਨੇ ਬੋਲਿਆ ਸੁੱਖ ਜੋ ਵੀ ਬੋਲਿਆ ਮੈਂ ਤਾਂ ਜੀ ਨਸ਼ੇ ਕਰਦਾ ਸੀ ਮੈਂ ਤਾਂ ਜੀ ਨਸ਼ੇ ਛੱਡਿਆ ਤੇ ਸਾਲਿਆ ਸਾਨੂੰ ਕੀ ਫਾਇਦਾ ਨਸ਼ੇ ਤੁਸੀਂ ਕਿਤੇ ਸਵਾਦ ਤੁਸੀਂ ਲਿਆ ਤੇ ਬਾਅਦ ਚ ਉਹੀ ਅਚੀਵਮੈਂਟ ਲੋਕਾਂ ਨੂੰ ਦੱਸਦੇ ਆ ਕਿ ਅਸੀਂ ਨਸ਼ੇ ਛੱਡੇ ਅੱਜ ਵੀ ਸਾਡੇ ਕੋਲ 50 ਤੋਂ ਵੱਧ ਪਰਿਵਾਰ ਸੇਵਾ ਵਾਲੇ ਨੇ ਉਸ ਤੋਂ ਬਾਅਦ ਦਵਾਈਆਂ ਵਾਲੇ ਨੇ ਉਸ ਤੋਂ ਬਾਅਦ ਸਕੂਲ ਬੱਚਿਆਂ ਦੀ ਫੀਸਾਂ ਵਾਲੇ ਨੇ ਉਹ ਹੈਲੋ ਕਛੂ ਕਮੇ ਸਾਲਿਆ ਸੇਵਾ ਹੁੰਦੀ ਹੈ ਇੱਕ ਹੱਥ ਨਾਲ ਕਰੀ ਦੂਜੇ ਹੱਥ ਨੂੰ ਪਤਾ ਨਾ ਲੱਗੇ ਇਹ ਤੇ ਇਹ ਭਾਜੀ ਨੇ ਪੂਰੇ ਭੈਣ ਚੋਂ ਗਿਣਤੀ ਹਿਸਾਬਤਾ ਵੀ ਰੱਖੇ ਨੇ ਕਿ ਕਿੰਨੇ ਘਰ ਨੂੰ ਆ ਜਾਂਦਾ ਕਿੰਨੇ ਘਰ ਨੂੰ ਉਹ ਜਾਂਦਾ ਕਿੰਨੇ ਦੀ ਹੈਲਪ ਕੀਤੀ ਕਿੰਨੇ ਦੀ ਹੈਲਪ ਕੀਤੀ ਕਦੇ ਸਾਲਿਆ ਭਗਤ ਪੂਰਨ ਸਿੰਘ ਬਾਰੇ ਪੜ੍ਹੀ ਪੜਨ ਦਾ ਵੀ ਮੈਂ ਕਿਹਨੂੰ ਕਹਿ ਰਿਹਾ ਐਂਡ ਸੱਚੇ ਸਮਾਜ ਸੇਵੀਆਂ ਨੂੰ ਇਹ ਫਰਕ ਨਹੀਂ ਪੈਂਦਾ ਕਿ ਯਾਰ ਸਾਡੇ ਬਾਰੇ ਕੋਈ ਗਲਤ ਬੋਲਦਾ ਸਾਡੀ ਦੁਕਾਨ ਬੰਦ ਹੋ ਜੂ ਤੈਨੂੰ ਵੀ ਇਹ ਗੱਲ ਦੀ ਮਿਰਚ ਲੱਗੀ ਕਿ ਕੱਲ ਨੂੰ ਸਾਡਾ ਕਿਸੇ ਨੇ ਖੜਨਾ ਨਹੀਂ ਤੇ ਮੁੱਲ ਭਾਜੀ ਨੂੰ ਵੀ ਉਹ ਤਾਂ ਸਾਡਾ ਸਾਡੇ ਚੈਨਲ ਬੰਦ ਕਰਾਉਣ ਨੂੰ ਫਿਰਦਾ ਸੀ ਹੈਗੇ ਉਹਦੇ ਵੀ ਪ੍ਰੂਫ ਪਰ ਤੁਹਾਡੇ ਵਰਗੇ ਸਮਾਜ ਸੇਵੀਆਂ ਤੇ ਫਿਲਮਾਣੀ ਅੱਗੇ ਜਾ ਕੇ ਸਿਰਫ ਐਕਸਪੋਜ਼ ਵੀਡੀਓ ਬਣਦੀਆਂ ਨੇ ਜਿੱਦਣ ਇੰਡੀਆ ਆਏਗਾ ਥੱਲੇ ਆ ਸ਼ੇਅਰ ਕਰਕੇ ਦੱਸ ਦੀ ਜੇ ਨਾ ਮਿਲੀਏ ਤਾਂ ਸਾਲੀ ਦਾੜੀ ਮੂਤ ਨਾਲ ਮਰਸ਼ਾ ਮਰਾ ਦਾਂਗੇ ਅਸੀਂ ਲੋੜੇ ਦਾ ਮਿਲ ਲਓ ਸਾਲਿਆ ਜਿਹੜਾ ਨਾਲ ਮਿਲਣਾ ਹੁੰਦਾ ਨਾ ਥੱਲੇ ਕਮੈਂਟ ਨਹੀਂ ਕਰਦੇ ਫਿਰਦੇ ਕਿ ਮੇਰੇ ਨਾਲ ਲਾਈ ਬਾਜੋ ਰਜਤ ਦਲਾਲ ਵਰਗੀ ਕੰਟਰੋਵਰਸੀ ਪੰਜਾਬ 'ਚ ਨਾ ਭਾਲ ਤੁਹਾਡੀ ਸੋਚ ਸਾਲਿਓ ਫੋਲੋਅਰ ਤੇ ਵਿਊ ਕਾਉਂਟ ਤੇ ਮੁੱਕ ਜਾਂਦੀ ਆ ਤੇ ਕੱਲ ਇਹ ਵੀ ਤੇ ਬਹੁਤ ਸਾਰੇ ਹੋਰ ਵੀ ਬੋਲਦੇ ਯਾਰ ਇੰਡੀਆ 'ਚ ਆ ਕੇ ਬੋਲੋ ਜਿਹੜੇ ਆਲਰੇਡੀ ਇੰਡੀਆ ਆਏ ਸੀ ਉਹਨਾਂ ਨੂੰ ਕਿੰਨਾ ਕੁ ਸਾਂਭ ਲਿਆ ਕਿੰਨੇ ਕੁ ਜਾਂਦੇ ਜੇਲ੍ਹਾਂ 'ਚ ਉਹਨਾਂ ਪਿੱਛੇ ਇੱਥੇ ਸਿਸਟਮ 'ਚ ਬਹਿ ਕੇ ਲੜ ਕੇ ਕਮਾਈ ਕਰਕੇ ਲੋਕਾਂ ਦੀ ਸੇਵਾ ਕਰਕੇ ਦਿਖਾਓ ਤਾਂ ਤੁਹਾਨੂੰ ਮਿਲਣਾਂਗੇ ਟਾਟਾ ਐਸ ਜੀ ਛੋਟਾ ਹਾਥੀ ਜੀ ਤੁਸੀਂ ਸਾਲੋ ਦਿੱਲੀ ਦੇ ਬਾਰਡਰ ਤੇ ਜਾ ਕੇ ਕਿੰਨੇ ਆਪਣੇ ਬੈਰੀਕੇਡ ਸੈੱਟ ਕਰਤੇ ਇੱਥੇ ਸਿਸਟਮ 'ਚ ਬਹਿ ਕੇ ਲੜ ਕੇ ਕਮਾਈ ਕਰਕੇ ਬੜਾ ਸਿੱਧੀ ਸਿੱਧੀ ਲੜਾਈ ਲੜ ਰਹੇ ਆ ਨਾ ਤੇਰੇ ਤਾਂ ਵਾਟਰ ਕੈਨਨਾਂ ਪੈ ਰਹੀਆਂ ਨੇ ਤੂੰ ਤਾਂ ਸਾਲਾ ਡੱਕ ਵੀ ਲੈਣੀਆਂ ਨਿੱਪਲਾਂ ਦੇ ਨਾਮ ਤੇ ਭਾਜੀ ਨੇਪਾਲ ਲਈ ਫਿਰਦੇ ਨਾਲੇ ਇਹਦੀ ਸੋਚ ਕਿੰਨੀ ਕੁ ਵੱਡੀ ਆ ਤੁਸੀਂ ਉਹ ਦੇਖੋ ਭੈਣ ਦਿਆ ਯਾਰਾ ਤੂੰ ਕਮਰੇ 'ਚ ਦਰਵਾਜ਼ਾ ਬੰਦ ਕਰ ਲੈਣਾ ਦੋ ਮਾਈਕ ਲਾ ਲੈਣਾ ਬਾਰਡਰ ਤੁਸੀਂ ਟੱਪੇ ਹੁੰਨੇ ਇਟਲੀ ਵਾਲਿਆਂ ਨੂੰ ਕੀ ਪਤਾ ਤੁਸੀਂ ਕੀ ਹੋ ਕੀ ਨੋ ਸਾਰੇ ਬਾਹਰ ਬੈਠੇ ਬਾਰਡਰ ਟੱਪ ਕੇ ਆਏ ਨੇ ਨਹੀਂ ਚਲੋ ਜਿਹੜੇ ਗਏ ਵੀ ਹੋਣਗੇ ਉਹ ਵੀ ਬਾਈ ਬਹੁਤ ਮਿਹਨਤੀ ਨੇ ਬਾਰਡਰ ਤੁਸੀਂ ਟੱਪੇ ਹੁੰਨੇ ਇਟਲੀ ਵਾਲਿਆਂ ਨੂੰ ਕੀ ਪਤਾ ਤੁਸੀਂ ਕੀ ਹੋ ਕੀ ਨੋ ਲੋੜੀ ਤੈਨੂੰ ਇਹ ਨਹੀਂ ਪਤਾ ਲੋਕੀ ਸਟੱਡੀ ਕਰਨ ਨੂੰ ਜਾਂਦੇ ਨੇ ਕੰਮ ਕਰਨ ਨੂੰ ਜਾਂਦੇ ਨੇ ਕਈ ਸਾਲੇ ਪੜ੍ਹੇ ਲਿਖੇ ਪੱਕੇ ਵੀ ਜਾਂਦੇ ਨੇ ਮੇਰੇ ਥੋੜ੍ਹੀ ਜਿਹੀ ਰਿਸਰਚ ਕਰਦਾ ਦੁਨੀਆਦਾਰੀ ਦੀ ਥੋੜ੍ਹੀ ਜਿਹੀ ਜੇ ਤੁਹਾਡੇ ਕੋਲ ਆਈਲੈਟਸ ਤਾਂ ਆਈ ਨਹੀਂ ਹੋਇਆ ਤਾਂ ਮੈਂ ਇਹ ਨਹੀਂ ਸਾਰੀ ਦੁਨੀਆ ਉਦੋਂ ਤੁਰੀ ਫਿਰਦੀ ਵੈਸੇ ਵੀ ਜਿਹੜੇ ਬਾਰਡਰ ਟੱਪ ਕੇ ਮੁੰਡੇ ਗਏ ਨੇ ਅਮਰੀਕਾ ਮੁਰਕਾ ਮੇਰੇ ਵੀ ਯਾਰ ਦੋਸਤ ਹੈਗੇ ਨੇ ਮੇਰੇ ਤੇ ਉਹ ਕੀ ਗੱਲ ਦਾ ਟੱਪ ਕੇ ਗਏ ਨੇ ਮਾੜੀ ਗੱਲ ਹੁੰਦੀ ਆ ਤੇਰੀ ਸੋਚ ਤੋਂ ਤਾਂ ਹੀ ਦਿਖਦਾ ਬਾਕੀ ਰਹੀ ਪੈਸੇ ਦੀ ਗੱਲ ਜਾਂ ਦੂਜੀ ਜਿੰਨੇ ਕਿ ਤੂੰ ਕਮਾਉਂਦਾ ਹੋਏਗਾ ਨਾ ਤੇਰਾ ਫੋਫੜ ਉਹਨੇ ਕਿ ਡੋਨੇਟ ਕਰਦਾ ਹੋਊਗਾ ਉਹਨਾਂ ਦੇ ਸੁੱਖ ਦੁੱਖ ਪੇ ਸੁਣੀ ਦੇ ਨੇ ਤੇਰੇ ਵਾਂਗ ਕੋਈ ਮਰੇ ਦੀ ਲਾਸ਼ ਦੇ ਉੱਤੇ ਹੱਸਦੇ ਨਹੀਂ ਜੇ ਕੋਈ ਐਕਸੀਡੈਂਟ ਪਿਆ ਹੁੰਦਾ ਉਹਨੂੰ ਹਸਪਤਾਲ ਲੈ ਕੇ ਜਾਈਦਾ ਬ੍ਰੋ ਫਲੈਕਸਿੰਗ ਸਮਾਜ ਸੇਵਾ ਹੁਣ ਤਾਂ ਮੈਂ ਸੱਦੀ ਗੱਲ ਦੱਸਦਾ ਚੋਨਾ ਤੂੰ ਸਾਲੇ ਇਹ ਹੈ ਕਿ ਕੰਮ ਤਾਂ ਮੈਂ ਵੀ ਉਹ ਕਰ ਰਿਹਾ ਜੋ ਹੁਣ ਮੈਂ ਕਾਤਰਾ ਕਰ ਰਿਹਾ ਪਰ ਉਹਦਾ ਜ਼ਰੂਰ ਐਮਪੀ ਬਣਦੇ ਆ ਨਿਊਜ਼ ਆਈਜ਼ ਆ ਰਹੀਆਂ ਨੇ ਮੇਰਾ ਕੁਝ ਨਹੀਂ ਆ ਰਿਹਾ ਮੈਨੂੰ ਤਾਂ ਨੀਟੂ ਛੱਡਣ ਵਾਲੇ ਨੇ ਵੀ ਕੰਸੀਡਰ ਨਹੀਂ ਕੀਤਾ ਅੰਮ੍ਰਿਤਸਰ ਤੋਂ ਮੇਰੀ ਵਾਈਫ ਖੜੀ ਹੋ ਗਈ ਵਾਰਾਣਸੀ ਤੋਂ ਮੈਂ ਖੜਾ ਹੋ ਰਿਹਾ ਜਲੰਧਰ ਤੋਂ ਮੈਂ ਖੜਾ ਹੋ ਰਿਹਾ ਲੁਧਿਆਣੇ ਤੋਂ ਭਾਬੀ ਚੁੰਮਿਆਂ ਵਾਲੀ ਕੋਈ ਨਾ ਮੈਂ ਕਰਦਾ ਨੀਟੂ ਨੂੰ ਗੱਲ ਕਿ ਭਾਬੀ ਚੁੰਮੇ ਵਾਲੇ ਨੂੰ ਕੱਢ ਗਿਆ ਕੁੰਫੂ ਪਾਂਡੇ ਨੂੰ ਪਾਓ ਤੇ ਬੱਚੇ ਨੂੰ ਇਹੋ ਜਿਹੇ ਫੁੱਦੂਆਂ ਨੂੰ ਐਡਲਾਈਜ਼ ਕਰਾਉਣ ਤੋਂ ਚੰਗਾ ਨਾ ਉਹ ਕਮਰੇ 'ਚ ਕੋਈ ਮਹਾਰਾਜ ਰਣਜੀਤ ਸਿੰਘ ਬਾਬੇ ਦਲੀਪ ਇਹਨਾਂ ਦੀ ਫੋਟੋ ਲਾਓ ਇਹਦੇ ਵਰਗਾ ਕੂਸਾ ਤਾਂ ਸਾਲਾ 2 ਸਾਲ ਤੱਕ ਫੜਿਆ ਜਾਣਾ ਸਾਰੀ ਜ਼ਿੰਦਗੀ ਤੁਹਾਡਾ ਬੱਚਾ ਭਾਈ ਤੁਹਾਨੂੰ ਗਾਲਾਂ ਕੱਢਦਾ ਰਹੂ ਮੇਰਾ ਬੜਾ ਮਨ ਸੀ ਕਿ ਮੈਂ ਨਵਾਂ ਸਟੂਡੀਓ ਬਣਾਇਆ ਮੈਂ ਤੇ ਉਹ ਵੀਡੀਓ ਬਣਾਵਾਂ ਜਿਹੜਾ 5-6 ਦਿਨ ਮੈਂ ਮਿਹਨਤ ਕਰਕੇ ਪੂਰੀ ਤਰ੍ਹਾਂ ਨਾ ਪੂਰੀ ਮਿਹਨਤ ਕਰਕੇ ਵੀਡੀਓ ਇੱਕ ਸਿਰ ਲੈ ਕੇ ਆਇਆ ਕਰਾਂ ਪਰ ਇਹ ਸਾਲੇ ਨੇ ਭੈਣ ਚ ਸਾਰੇ ਪਲਾਨ ਦੀ ਮਾਂ ਚੋਤੀ ਤੇ ਇਹਦੀ ਆਪਾਂ ਕਿਉਂਕਿ ਇਹੋ ਜਿਹੇ ਨੂੰ ਤਾਂ ਫਰਕ ਪੈਂਦਾ ਕਿਉਂਕਿ ਇਹਨਾਂ ਦੁਕਾਨਾਂ ਪਹਿਲਾਂ ਖੁੱਲ੍ਹਿਆਂ ਚੱਲ ਰਹੀਆਂ ਸੀ ਹੁਣ ਇਹਨਾਂ ਦੀ ਦੁਕਾਨਾਂ ਤੋਂ ਵੀ ਬੋਲਣ ਵਾਲੇ ਆ ਗਏ ਹਜੇ ਤਾਂ ਮੈਂ ਤੈਨੂੰ ਉਸ ਲੈਵਲ ਦਾ ਰੋਸ਼ਨੀ ਕੀਤਾ ਜਿਸ ਲੈਵਲ ਦਾ ਲੋਕਾਂ ਨੂੰ ਪਤਾ ਕਿ ਮੈਂ ਕਰ ਦਿੰਦਾ ਇਹਨੂੰ ਪੂਰੀ ਫਿਲਮ ਨਾ ਸਮਝੀ ਸਿਰਫ ਇੱਕ ਟ੍ਰੇਲਰ ਆ ਇਹੀ ਕਹੂੰਗਾ ਟਲ ਜਾ ਪੂਰੀ ਫਿਲਮ ਤੇਰੇ ਕੋਲ ਚੱਲ ਨਹੀਂ ਹੋਣੀ